ਮੰਤਰੀ ਭਗਵੰਤ ਮਾਨ ਗੁਰੂ ਮੰਤਰ ਦੇ ਰਹੇ ਨੇ, ਮੇਰੇ ਨਾਲ ਗੁਰਮੀਤ ਸਿੰਘ ਖੁੱਡੀਆ ਸਾਹਿਬ ਨੇ। ਖੁੱਡੀਆ ਸਾਹਿਬ, ਬਠਿੰਡਾ ਵਾਲਿਆਂ ਨੂੰ ਕੀ ਗੁਰੂ ਮੰਤਰ ਦਿੱਤਾ ਗਿਆ? ਲਗਾਤਾਰ ਬੈਠਕਾਂ ਜਿਹੜੀਆਂ ਹਰ ਹਲਕੇ ਨੂੰ ਲੈ ਕੇ ਹੋ ਰਹੀਆਂ ਨੇ, ਤੁਸੀਂ ਅੱਜ ਕੋਈ ਜੁਆਇਨਿੰਗ ਵੀ ਕਰਵਾਈਆਂ ਨੇ? ਸਭ ਤੋਂ ਵੱਡੀ ਤੇ ਖੁਸ਼ੀ ਦੀ ਗੱਲ ਹੈ, ਮੇਰੇ ਨਾਲ ਵੱਡੀ ਜੁਆਇਨਿੰਗ ਹੋਈ ਹੈ। ਚਾਰ ਨਗਰ ਕੌਂਸਲ ਦੇ ਮੈਂਬਰ ਜਿਹੜੇ ਹਜ਼ਾਰਾਂ ਵੋਟਾਂ ਲੈ ਕੇ, ਨਾਲ ਹੀ ਚਾਰ ਜਿਹੜੇ ਅਕਾਲੀ ਦਲ ਦੇ ਵੱਡੇ ਸੀਨੀਅਰ ਆਗੂ ਸਾਹਿਬਾਨ ਮੇਰੇ ਨਾਲ ਸ਼ਾਮਿਲ ਹੋਏ ਆ। ਇਹ ਹਰਪਾਲ ਢਿੱਲੋਂ ਜੀ ਹੈ, ਨਾਲ ਹੀ ਰਣਦੀਪ ਰਾਣਾ ਜੀ ਹੈ, ਨਾਲ ਹਰਜਿੰਦਰ ਸ਼ਿੰਦਾ ਜੀ ਹੈ, ਸਰਦਾਰ ਰਜਿੰਦਰ ਸਿੰਘ ਜੀ, ਸਿੱਧੂ ਸਾਹਿਬ, ਇਹ ਤਾਂ ਐਮ ਸੀ ਨੇ, ਔਰ ਵਿਸ਼ਾਲ ਜੀ ਜਿਹੜੇ ਇਹਨਾਂ ਦੇ ਸੀਨੀਅਰ ਆਗੂ ਹੈ, ਮਨਪ੍ਰੀਤ ਗੋਸ਼ਲ ਜੀ ਹੈ ਜਿਹੜੇ ਸਲਾਹਕਾਰ ਸਨ, ਮੀਡੀਆ ਸਲਾਹਕਾਰ ਇਹਨਾਂ ਦੇ ਅਕਾਲੀ ਦਲ ਦੇ, ਔਰ ਇਸੇ ਤਰ੍ਹਾਂ ਹੀ ਪ੍ਰਗਟ ਸਿੰਘ ਜੀ ਜਿਹੜੇ ਸਮਾਜ ਸੇਵੀ ਸੀ ਔਰ ਅਕਾਲੀ ਦਲ ਨਾਲ ਬੜਾ ਰਲ ਕੇ ਉਹਨਾਂ ਨੇ ਕੰਮ ਕੀਤਾ। ਹਰਸਿਮਰਤ ਬਾਦਲ ਲਗਾਤਾਰ ਉੱਥੇ ਮੈਂਬਰ ਪਾਰਲੀਮੈਂਟ ਰਹੇ ਹੈ, ਕਿੱਡਾ ਕੁ ਵੱਡਾ ਤੁਹਾਡੇ ਸਾਹਮਣੇ ਚੈਲੰਜ ਜਿਹੜਾ ਹਰਸਿਮਰਤ ਬਾਦਲ ਹੋਰਾਂ ਨੂੰ ਹਰਾਉਣਾ? ਦੇਖੋ ਜੀ, ਹਰਾਉਣਾ ਤੇ ਜਿਤਾਉਣਾ ਤਾਂ ਲੋਕਾਂ ਦਾ ਉਹਨਾਂ ਦੀ ਮਰਜ਼ੀ ਹੈ। ਮੈਂ ਤਾਂ ਸਾਹਮਣੇ ਮੈਦਾਨ ਵਿੱਚ ਆ ਗਿਆ ਤੇ ਅੱਗੇ ਅਜੇ ਤੱਕ ਹਰਸਿਮਰਤ ਮੈਦਾਨ ਵਿੱਚ ਆਏ ਨਹੀਂ, ਗੱਲਾਂ ਬਾਤਾਂ ਹੀ ਸੁਣ ਰਹੇ ਹਾਂ, ਕੋਈ ਵੀ ਆਵੇ ਕੋਈ ਕੈਂਪੇਨਿੰਗ ਲਗਾਤਾਰ ਉਹਨਾਂ ਵੱਲੋਂ ਕੀਤੀ ਜਾ ਰਹੀ। ਕਹਿ ਰਹੇ ਕਿ ਸੁਖਬੀਰ ਬਾਦਲ ਇਸ ਵਾਰ ਇਲੈਕਸ਼ਨ ਨਹੀਂ ਲੜ ਰਹੇ, ਪਰਿਵਾਰ 'ਚ ਇੱਕ ਬੰਦਾ ਇਲੈਕਸ਼ਨ ਲੜੇਗਾ, ਸਰਦਾਰ ਸੁਖਬੀਰ ਸਿੰਘ ਬਾਦਲ ਹੀ ਆ ਜਾਣ, ਕੋਈ ਗੱਲ ਨਹੀਂ। ਜੇ ਕਹਿ ਰਹੇ ਬਠਿੰਡਾ ਸੁਖਬੀਰ ਬਾਦਲ ਤੁਹਾਡੇ ਸਾਹਮਣੇ, ਉਹ ਜੋ ਅਗਲਿਆਂ ਦੀ ਪਾਰਟੀ ਹੈ ਜਿਹਨੂੰ ਜਿਹੜਾ ਚੰਗਾ ਲੱਗਦਾ ਉਹ ਲੈ ਆਉਣ, ਤੋ ਅਸੀਂ ਤਾਂ ਆਮ ਆਦਮੀ ਪਾਰਟੀ ਵੱਲੋਂ ਲੜ ਰਹੇ ਹਾਂ ਤੇ ਪਰਮਾਤਮਾ ਵਾਹਿਗੁਰੂ ਮਿਹਰ ਕਰੂਗਾ, ਵੱਡੀ ਜਿੱਤ ਜਿਹੜੀ ਦਰਜ ਕਰਾਂ। ਚੈਲੰਜ ਤੁਹਾਡੇ ਸਾਹਮਣੇ ਸੁਖਬੀਰ ਬਾਦਲ ਨੇ, ਹਰਸਿਮਰਤ ਬਾਦਲ ਨੇ, ਜਾਂ ਬੀਜੇਪੀ ਦੇ ਵੱਲੋਂ ਮਲੂਕਾ ਹੋਰਾਂ ਦੀ ਜਿਹੜੀ ਨੂੰਹ ਆ, ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ। ਚਰਚਾ ਇਹ ਕਿ ਬੀਜੇਪੀ ਤੋਂ ਉਹ ਮੈਦਾਨ ਦੇ ਵਿੱਚ ਹੋ ਸਕਦੇ ਨੇ। ਦੂਜੇ ਪਾਸੇ ਬਲਕੌਰ ਹੋਰਾਂ ਦਾ ਜ਼ਿਕਰ ਹੋ ਰਿਹਾ ਜਾਂ ਰਾਜਾ ਵੜਿੰਗ ਹੋਰਾਂ ਦਾ ਜ਼ਿਕਰ ਹੋ ਰਿਹਾ? ਦੇਖੋ, ਚੈਲੰਜ ਦੀ ਗੱਲ ਨਹੀਂ, ਮੈਂ ਇਲੈਕਸ਼ਨ ਵਿੱਚ ਸਾਰੇ ਬੰਦੇ ਬਰਾਬਰ ਹੀ ਹੋਇਆ ਕਰਦੇ ਨੇ, ਇਹ ਲੋਕਾਂ ਦਾ ਫੈਸਲਾ ਕਿਵੇਂ ਕਰਦੇ ਨੇ, ਨਾ ਮੈਂ ਉਸਨੂੰ ਕਿਸੇ ਨੂੰ ਵੀ ਕਮਜ਼ੋਰ ਸਮਝਦਾ, ਕਿਉਂਕਿ ਕਦੇ ਵੀ ਜਦੋਂ ਚੋਣਾਂ ਲੜਨੀਆਂ ਹੁੰਦੀਆਂ ਉਹ ਆਪਦੀ ਅਸੀਂ ਮਿਹਨਤ ਕਰਨੀ ਆ, ਅਸੀਂ ਮਿਹਨਤ ਕਰਕੇ ਅੱਗੇ ਆਉਣਾ, ਸਾਨੂੰ ਦੂਸਰਿਆਂ ਨਾਲ ਕੋਈ ਗੱਲ ਨਹੀਂ। ਮੁੱਖ ਮੰਤਰੀ ਨੇ ਕੀ ਕਿਹਾ, ਪ੍ਰਚਾਰ ਕਦੋਂ, ਰੋਡ ਸ਼ੋਅ ਕਰਨਗੇ, ਕਿਵੇਂ ਕਰਨਗੇ? ਨਹੀਂ ਜੀ, ਉਹ ਤਾਂ ਜਦੋਂ ਵੀ ਅਸੀਂ ਬੁਲਾਵਾਂਗੇ ਆਉਣਗੇ। ਅੱਜ ਤਾਂ ਸਾਡੇ ਸਾਥੀ ਜਿਹੜੇ ਬੜੇ ਸੀਨੀਅਰ ਸੀ, ਇਹਨਾਂ ਨੂੰ ਸ਼ਾਮਿਲ ਕਰਨ ਲਈ ਆਇਆ ਸੀ, ਇਸ ਕਰਕੇ ਕੁਛ ਹੋਰ ਵੀ ਪਾਰਟੀ। ਕਾਂਗਰਸ ਦੇ ਵੱਲੋਂ ਮੈਨੀਫੈਸਟੋ ਜਾਰੀ ਕੀਤਾ, ਉਹ ਕਹਿੰਦੇ ਅਸੀਂ MSP ਦੀ ਗਰੰਟੀ ਲਾਗੂ ਕਰਾਂਗੇ ਜੇ ਦੇਸ਼ ਦੇ ਵਿੱਚ ਸਾਡੀ ਸਰਕਾਰ ਬਣ ਜਾਂਦੀ ਹੈ। ਜਿਹੜੇ ਪਹਿਲਾਂ ਮੈਨੀਫੈਸਟੋ ਜਾਰੀ ਕੀਤੇ ਗਏ ਪਾਰਟੀਆਂ ਨੇ, ਕਿਸੇ ਨੇ ਵੀ ਕੋਈ ਲਾਗੂ ਕੀਤਾ? ਤੇ ਜੇ ਕਾਂਗਰਸ ਨੇ ਕਰਨਾ ਸੀ ਤੇ ਪਹਿਲਾਂ ਕਿਹੜਾ ਛਿੱਕ ਵੱਜਦੀ ਸੀ? ਬਹੁਤ ਲੰਮਾ ਸਮਾਂ ਰਾਜ ਕੀਤਾ, ਕੋਈ MSP ਦੇ ਹੀ ਜਾਂਦੇ ਆ, ਆਹ ਵਿਚਾਰੇ ਜਿੰਨੇ ਕਿਸਾਨਾਂ ਨੇ ਆਪਣੀਆਂ ਜਾਨਾਂ ਦੇਤੀਆਂ, ਦੇਣੀਆਂ ਹੀ ਨਾ ਪੈਂਦੀਆਂ। ਲਾਸਟ ਸਵਾਲ, ਸੁਸ਼ੀਲ ਰਿੰਕੂ ਦੇ ਜਾਣ ਨਾਲ ਕਿੰਨਾ ਕੁ ਅਸਰ ਤੁਹਾਨੂੰ ਲੱਗਦਾ, ਜਾਂ ਸ਼ੀਤਲ ਅੰਗਰਾਲ ਦੇ ਜਾਣ ਨਾਲ ਕੋਈ ਅਸਰ ਲੱਗਦਾ ਜਾਂ ਨਹੀਂ ਲੱਗਦਾ? ਦੇਖੋ ਜੀ, ਜਿਹੜੇ ਸੁਸ਼ੀਲ ਰਿੰਕੂ ਜੀ, ਉਹ ਤਾਂ ਸਾਡੀ ਪਾਰਟੀ ਨੇ ਬਣਾਏ ਸੀ, ਉਹਨਾਂ ਦੇ ਆਪ ਦੀ ਤਾਂ ਗੱਲ ਹੁੰਦੀ ਤਾਂ ਪਹਿਲਾਂ MLA ਜਿੱਤ ਜਾਂਦੇ। ਤੋ ਜਿਹੜੇ ਅੰਗਰਾਲ ਜੀ, ਪਹਿਲਾਂ ਤਾਂ ਸੁਸ਼ੀਲ ਰਿੰਕੂ ਹੋਰਾਂ ਨਾਲ ਕਹਿੰਦੇ ਹੁੰਦੇ ਸੀ ਸਾਡੀ ਇੱਥੇ ਨਹੀਂ, ਅਸੀਂ ਐਂ ਨਹੀਂ ਕਰ ਸਕਦੇ, ਐਂ ਨਹੀਂ ਕਰ, ਹੁਣ ਦੋਨੇ ਇਕੱਠੇ ਹੋ ਕੇ ਉੱਧਰ ਚਲੇ ਗਏ, ਪਤਾ ਨਹੀਂ ਕਿਸ ਤਰ੍ਹਾਂ ਦੀ ਸਕੀਮ ਹੈ। ਠੀਕ ਹੈ, ਧੰਨਵਾਦ। ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬੈਠਕ ਹੋਈ, ਗੁਰੂ ਮੰਤਰ ਉਹਨਾਂ ਦੇ ਵੱਲੋਂ ਦਿੱਤੇ ਗਏ, ਔਰ ਕਹਿ ਰਹੇ ਨੇ ਕਿ ਹਰਸਿਮਰਤ ਦੀ ਬਜਾਏ ਚਾਹੇ ਸੁਖਬੀਰ ਬਾਦਲ ਮੇਰੇ ਖਿਲਾਫ਼ ਇਲੈਕਸ਼ਨ ਲੜਨ, ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ। ਕੈਮਰਾਮੈਨ ਜਿੰਦਰ ਦੇ ਨਾਲ ਪੰਕਜ ਕੁਮਾਰ, ਨਿਊਜ਼ 18 ਚੰਡੀਗੜ੍ਹ।